ਸਨਮਾਨਯੋਗ ਖਾਲਸਾ ਜੀ, ਭਾਈ ਜਗਦੀਸ਼ ਸਿੰਘ ਵਡਾਲਾ ਦੇ ਢਾਡੀ ਜਥੇ ਦੀ ਬੁਲਾਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਇਰ ਲਿਖਦਾ, ਉਹ ਕਹਿੰਦਾ, ਜਿੱਥੋਂ ਮੁੱਕਦੀ ਮਜਨੂਆਂ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਐ ਪਰ ਜਿਸਮ ਚੋਂ ਗਈ ਨਾ ਜਾਨ ਸਾਡੀ। ਹੁੰਦਾ ਰਿਹਾ ਹੈ ਡੱਕਰੇ ਜਿਸਮ ਸਾਡਾ, ਐ ਪਰ ਸੀ ਨਾ ਕਿਹਾ ਜ਼ੁਬਾਨ ਸਾਡੀ। ਮਰਨ ਵਾਸਤੇ ਆਪਣੀ ਅਣਖ ਪਿੱਛੇ ਰੀਝ ਰਹੀ ਹੈ ਸਦਾ ਜਵਾਨ ਸਾਡੀ। ਅਨੇਕਾਂ ਸਾਕਰੇ ਗੁਰਧਾਮਾਂ ਦੀ ਆਜ਼ਾਦੀ ਵਾਸਤੇ ਵਾਪਰੇ ਨੇ। ਉਹਨਾਂ ਮਹਾਨ ਸਾਕਿਆਂ ਵਿੱਚੋਂ ਇੱਕ ਸਾਕਾ ਹੈ ਸਾਕਾ ਨਨਕਾਣਾ ਸਾਹਿਬ ਦਾ, ਜਿੱਥੇ ਜਥੇਦਾਰ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਥੱਲੇ ਗੁਰੂ ਕੇ ਪ੍ਰੇਮੀ ਸਿੱਖ ਅਰਦਾਸਾਂ ਸੋਧ ਕੇ ਨਰੈਣੂ ਮਹੰਤ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਨੂੰ ਠੱਲ ਪਾਉਣ ਵਾਸਤੇ ਤੇ ਨਨਕਾਣਾ ਸਾਹਿਬ ਦਾ ਪ੍ਰਬੰਧ ਖਾਲਸੇ ਦੇ ਹੱਥਾਂ ਅੰਦਰ ਦੇਣ ਵਾਸਤੇ ਪਾਤਸ਼ਾਹ ਦੇ ਪਾਵਨ ਦਰਬਾਰ ਅੰਦਰ ਜਾ ਬਰਾਜੇ ਨੇ, ਜਿੱਥੇ ਉਹਨਾਂ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਦੀ ਧੁਨੀ ਨੂੰ ਉਚਾਰਨ ਕਰਦਿਆਂ ਹੋਇਆਂ ਸ਼ਾਂਤਮਈ ਰੱਬ ਦੇ ਰੰਗ ਅੰਦਰ ਰੱਤੀਆਂ ਹੋਈਆਂ ਰੂਹਾਂ ਉੱਤੇ ਨਰੈਣੂ ਮਹੰਤ ਦੇ ਗੁੰਡਿਆਂ ਵੱਲੋਂ ਚਲਾ ਕੇ ਗੋਲੀਆਂ ਜਿਵੇਂ ਉਹਨਾਂ ਉੱਤੇ ਕਹਿਰ ਢਾਇਆ ਗਿਆ, ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਤਾਬੇ ਅੰਦਰ ਗੋਲੀਆਂ ਮਾਰ ਕੇ ਆਖਿਰਕਾਰ ਜਿਉਂਦੇ ਨੂੰ ਜੰਡ ਦੇ ਨਾਲ ਬੰਨ੍ਹ ਕੇ ਜਿਵੇਂ ਉਹਨੂੰ ਸਾੜਿਆ ਗਿਆ, ਉਸ ਵਕਤ ਦਾ ਨਕਸ਼ਾ ਵਡਾਲੇ ਦਾ ਢਾਡੀ ਜਥਾ ਬੇਨਤੀ ਹੇ ਇਉਂ ਕਰ ਰਿਹਾ ਹੈ। ਜੁੰਦਾ ਬੰਨ ਕੇ ਲਛਮਣ ਸਿੰਘ ਨੂੰ ਪੁੱਠਾ ਜੰਡ ਨਾਲ ਦਿੱਤਾ ਲਟਕਾ, ਤੇਲ ਮਿੱਟੀ ਦਾ ਛਿੜਕ ਜਥੇਦਾਰ ਤੇ ਮਹੰਤ ਨੇ ਲਾਟਾਂ ਚੜ ਗਈਆਂ ਓਡੀ ਅਸਮਾਨ ਤੇ, ਲਾਟਾਂ ਚੜ ਗਈਆਂ ਓਡੀ ਅਸਮਾਨ ਤੇ, ਸਤਿ ਸ਼੍ਰੀ ਅਕਾਲ।
ਕਾਕਾ ਹੋਇਆ ਕੁਲਵੰਤ ਸਿੰਘਾਂ ਦੇ।